ਨਦੀ ਪਹਿਲਵਾਨ ਟੋਟਾ ਜੇਐਂਡਕੇ ਤੇ ਕਪਿਲ ਦਾਮਾ ਦਿੱਲੀ। ਬਾਈ ਵੱਡੀ ਕੁਸ਼ਤੀ ਹੈ, ਸਮਾਂ 15 ਮਿੰਟ ਖੁੱਲਾ, 15 ਮਿੰਟ ਦਾ ਸਮਾਂ ਸਾਡੇ ਏਅਰਟੈਲ ਕੋਚ ਸਾਹਿਬ ਜੀ, ਇਸ ਕੁਸ਼ਤੀ ਦੇ ਰੈਫਰੀ ਹੈ, ਨਾਲ ਸਾਡੇ ਕੁਲਵਿੰਦਰ ਕੋਚ ਸਾਹਿਬ ਜੀ। ਵਾਕਈ ਸ਼ੇਰੇ ਦਾ ਯੁੱਧ ਮੈਦਾਨ ਵਿੱਚ ਸ਼ੁਰੂ ਹੋ ਗਿਆ ਹੈ, ਸ਼ੇਰੇ ਦਾ ਯੁੱਧ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਹੈ। ਇਹ ਵੀ ਬਿਲਕੁਲ ਨਵੀਂ ਕੁਸ਼ਤੀ ਹੈ, ਇਹਨਾਂ ਗੱਭਰੂਆਂ ਦੇ ਦਰਮਿਆਨ ਬਿਲਕੁਲ ਨਵੀਂ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਹੈ। ਚਲੋ ਵੀ ਚਲੋ ਮੱਲੋ, ਮਾਰੋ ਦਾਅਵੇ ਤੇ ਕਰੋ ਕੁਸ਼ਤੀਆਂ ਦੇ ਫੈਸਲੇ। ਟੋਲੀ 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 ਉਧਰ, ਬੜੇ ਵਧੀਆ ਮੁਕਾਬਲੇ ਅੱਜ ਹੋਏ ਆ ਇਸ ਧਰਤੀ ਤੇ, ਨੈਣਸੂ ਦੀ ਪਾਵਨ ਪਵਿੱਤਰ ਧਰਤੀ ਦੇ ਵਾਕੇ ਅੱਜ ਵੱਡੇ ਰੁਸਤਮ ਸਾਡੇ ਬੋਧੀ ਸਰਕਾਰ ਜੋ ਜੀ ਡਾਕਟਰ ਸਤਪਾਲ ਵਰਮਾ ਜੀ ਜਿੰਦਰਾ ਵਾਲੇ ਆਏ ਸ਼ਹੀਦ ਮੇਲੇ ਨੂੰ 1000 ਦੇ ਵੱਡੇ ਸਹਿਯੋਗ ਜਿਹਨਾਂ ਵੱਲੋਂ ਪੁੱਛਦੇ ਹੋਏ ਆ, ਬਹੁਤ ਬਹੁਤ ਧੰਨਵਾਦ ਕਰਦੇ ਆ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਡਾਕਟਰ ਸਾਹਿਬ ਜੀ, ਬਹੁਤ ਵੱਡੀ ਸੇਵਾ ਅੱਜ ਦੇ ਸਿੰਘ ਵਿੱਚ ਪੁੱਜਦੀ ਕੀਤੀ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਾਜੀ ਥੋੜਾ ਘੁੰਮ ਫਿਰ ਕੇ ਭਾਈ ਘੁੰਮ ਫਿਰ, ਚਲੋ ਵੀ ਚਲੋ। ਬਾਕੀ ਨਸ਼ੇ ਪੱਤਿਆਂ ਤੋਂ ਜਿਹੜੀ ਰਹਿਤ ਜਵਾਨੀ ਹੈ ਸਾਡੇ ਬੋਧੀ ਸਰਕਾਰ ਯੁੱਗ ਸ਼੍ਰੀ ਸਵਰਨ ਸਿੰਘ ਰਾਠੌੜ ਜੀ ਅੱਜ ਦੇ ਸਿੰਘ ਮੇਲੇ ਦੇ ਵਿੱਚ ਅੱਜ ਦੇ ਸਾਡੇ ਚੀਫ ਗੈਸਟ ਮੁੱਖ ਮਹਿਮਾਨ ਜਿਨ੍ਹਾਂ ਦੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੂਰੀ ਦੰਗਲ ਕਮੇਟੀ ਵੱਲੋਂ। ਬੋਧੀ ਸਰਕਾਰ ਯੁੱਗ ਸ਼੍ਰੀ ਡਾਕੋ ਸਾਹਿਬ ਜੀ 500 ਦੇ ਵੱਡੇ ਮਾਣ ਪੂਜਦੇ ਕਿਤੇ ਹੈ, ਬਹੁਤ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਵੱਡਾ ਧੰਨਵਾਦ ਕਰਦੇ ਹਾਂ। ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ, ਮੈਂ ਪਹਿਲਾਂ ਕਿਹਾ ਤਾ ਬਈ ਅੱਜ ਕੱਲ੍ਹ ਜਵਾਨੀ ਜਿਹੜੀ ਸਾਡੀ ਬਿਲਕੁਲ ਰੁਲ ਗਈ ਹੈ, ਵੱਧ ਜਾਂਦੀ ਹੈ। ਕਹਿੰਦਾ ਲਾਡਾਂ ਨਾਲ ਪਾਲੀ ਹੋਈ ਜਦੋਂ ਕਿਸੇ ਦੀ ਜਵਾਨਤੀ, ਉਹ ਖੜ ਜਾਂਦੀ ਹੈ ਬਗਾਨਿਆਂ ਦੇ ਨਾਲ ਬਈ, ਕਿ ਪੀਰਾਂ ਦੀਆਂ ਸਰਦਾਰੀਆਂ ਵੀ ਰੁਲ ਜਾਣ ਮਿੱਟੀ, ਉਹ ਮਾਪੇ ਭੁੱਲ ਜਾਂਦੇ ਜਿਉਣ ਦਾ ਖਿਆਲ ਵੀ, ਕਿੰਨੇ ਦੁੱਖ ਤਕਲੀਫਾਂ ਸਹਿ ਕੇ ਪਾਲਦੇ ਪੜਾਉਂਦੇ ਮਾਪੇ, ਤੀਆਂ ਪੜਾਂ ਵਿੱਚ ਕਾਤੋ ਭੁੱਲ ਜਾਂਦੀਆਂ, ਉਹ ਰੱਬਾ ਹੀਰ ਸੱਸੀ ਸੋਹਣੀ ਸਾਹਿਬਾ ਬਣੇ ਨਾ ਕਿਸੇ ਦੀ ਧੀ, ਪੈਰਾਂ ਵਿੱਚ ਪੱਗਾਂ ਰੁੱਲ ਜਾਂਦੀਆਂ, ਕਿ ਇਹੋ ਜਿਹੇ ਪੁੱਤਰਾਂ ਦੀ ਥੋੜ ਆ ਕੇ ਮਾਪਿਆਂ ਨੂੰ, ਜੋ ਨਸ਼ੇ ਵਿੱਚ ਲੱਗ ਘਰ ਬਾਰ ਦਿੰਦੇ ਰੋੜ, ਉਹੀ ਮਾਪੇ ਕਹਿੰਦੇ ਰੱਬਾ ਦੇ ਦਿੰਦਾ ਧੀ, ਵਿਆਹ ਕੇ ਅਸੀਂ ਇਹਨੂੰ ਕਿਤੇ ਹੋਰ ਦਿੰਦੇ ਤੋਰ, ਕਿ ਖੋਸੇ ਕੋਟਲੇ ਵਾਲੇ ਦੀ ਬਸ ਇੱਕੋ ਹੀ ਫਰਿਆਦ, ਰੱਬਾ ਸਾਰਿਆਂ ਨੂੰ ਬਖਸ਼ੀ ਵਧੀਆ ਔਲਾਦ, ਜਿਹਦਾ ਮਾੜੇ ਕੰਮਾਂ ਵਾਲੇ ਪਾਸੇ ਮਨ ਡੋਲੇ ਨਾ, ਗੱਭਰੂ ਜਵਾਨ ਪੁੱਤ ਕਿਸੇ ਦਾ ਨਸ਼ਿਆਂ ਚ ਪੈ ਕੇ ਜਵਾਨੀ ਰੋਲੇ ਨਾ, ਉਹ ਭੱਲੇ 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 ਵਿੱਚ 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 ਕਪਲੇ ਅੰਦਰ ਨੂੰ ਘੁੰਮ ਜਾਓ ਅੰਦਰ ਨੂੰ ਫਿਰ ਨੂੰ ਫਿਰ, ਹਾਂ ਬਈ ਬਾਹਰ ਨਹੀਂ ਜਾਣਾ ਚੱਲਦੀ ਕੁਸ਼ਤੀ, ਛਿੰਝਾਂ ਦਾ ਮਤਲਬ ਇਹ ਨਹੀਂ ਹੈ ਕਿ ਕੁਨ ਢਾਈਆ ਤੇ ਕੁਨ ਢਈਆ, ਛਿੰਝਾਂ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਸਾਰੇ ਨੌਜਵਾਨ ਅਸੀਂ ਵੀ ਯਾਨੀ ਸਿਹਤਾਂ ਬਣਾਉਣੀਆਂ, ਅਸੀਂ ਪੱਤੇ ਨਹੀਂ ਕਰਨਾ, ਆਖਦੇ ਸ਼ਰਾਬ ਚਬੱਕੀ ਨੁੱਕ ਫਰਾਂਦੀ ਚਰਸ ਪਸੰਦੀ ਫੇਰ ਹੈ, ਸ਼ਰਾਬ ਚਬੱਕੀ ਨੁੱਕ ਫਰਾਂਦੀ ਚਰਸ ਪਸੰਦੀ ਫੇਰ ਹੈ, ਫੀ ਮਿਖਾਈ ਮਨ ਝੋਕੇ ਲੈਂਦਾ ਮੁੰਡੀ ਦੇਈ ਚੰਘੇਰੇ, ਮੁੰਡੀ ਦੇਈ ਚੰਘੇਰੇ ਦੇ ਤੁਰ ਦਰਗਾਹ ਕੀ ਭਾਲਾ, ਸੌ ਵਜਨ ਖੜਤਾਲ ਮਨੇ ਦੀਆਂ ਬੱਛੂਆਂ ਗੱਲ ਕੰਘਾਲਾ, ਭੈੜੇ ਐਬ ਜਿਸ ਨੇ ਪਾਏ ਉਹਦਾ ਕੁਸ਼ਤਾ ਉਹ ਖਰਾਬ, ਆਖਰ ਦਰਜਾ ਖਰਾ ਭੰਗ ਸ਼ਰਾਬ। ਲੋਕ ਆਖਦੇ ਪੀਏ ਡੋਲੇਗੇ ਨਹੀਂ, ਉਹ ਪੀਣਾ ਕੇ ਪੀਏ,
ਪੀ ਹੈ ਡੋਲੇ ਕੇ ਨਹੀਂ ਉਹ ਪੀਣਾ ਕੇ ਪੀਣ ਉਹ ਕਿਉਂ ਸ਼ਰਾਬ ਜਿਹੜੀ ਕਰੇ ਨੀ ਅੰਗੀ ਕਰੇ ਨੀ ਅੰਗੀ ਨੀ ਕੁੱਤੇ ਮੂੰਹ ਨੀ ਚੱਟਣ ਨਾਲੀ ਵਿੱਚ ਲੋਥ ਪੋਥ ਹੋ ਗਏ ਲੋਕ ਬਾਹਰ ਨੀ ਤਰਾਟਣ ਮੁੜਦੇ ਸਾਈ ਮੂੰਹ ਬੰਨ ਮੱਖੀਆਂ ਪੀ ਵੀ ਪੀ ਹੈ ਜਿਨੋ ਜਦੋਂ ਉਹਦੇ ਦੂਰ ਤਾਂ ਮਾਨੂੰ ਕੀ ਨੀ ਪੀ ਹੈ ਸ਼ਰਾਬੀ ਪੀਣੇ ਵਾਲੇ ਜਿਹੜੇ ਨਾ ਇਹ ਹਾਲ ਰਿਹਾ ਜੇ ਸਾਰਾ ਦਾ ਜਿੰਦੂ ਨੈਣ ਸੂ ਬਿਲਕੁਲ ਵੀ ਕੱਚ ਹੈ ਪਰ ਇੱਥੇ ਵੀ ਥਾਰ ਨਹੀਂ ਥੋਣੀ ਸ਼ਿਵਜੀ ਮਹਾਰਾਜ ਦੀ ਇੱਕ ਮੂਰਤ ਹੈ ਇਹ ਗਿਆ ਆਖਦੇ ਜੁਗੇ ਜੁਗੇ ਥਮਾਂ ਇਸ ਧਰਤੀ ਦੇ ਪੁਰਾਣੇ ਜਾਨ ਗਰ ਬਦਾਵਰੀ ਜਗਨਨਾਥ ਹੈ ਹਰਿਦੁਆਰ ਬੱਟੇ ਕਿਛ ਪਿਆਰੇ ਦੇ ਠੇਡੇ ਰੌਣ ਖਾਂਦੇ ਕਿਛ ਬੈਠੇ ਦੇ ਰਾਜ ਦਰਬਾਰ ਬੱਟੇ ਨਗ ਨੂਠੀਆਂ ਦੇ ਬਣੀਆਂ ਡਲਕਾਂ ਦੇ ਅਨਮੁੱਲੇ ਹੀਰੇ ਜਵਾਹਰਾਤ ਬੱਟੇ ਪਰਮੇਸ਼ਰ ਦੀ ਇਹ ਪਹਿਲੀ ਕਲਪਨਾ ਉੱਥੇ ਦਾ ਅਵਤਾਰ ਬੱਟੇ ਜੋਗ ਪਲਟੋਇਆ ਮਾਨੂੰ ਗਰਕੋਇਆ ਪਰ ਅਟਲ ਆਪਣੇ ਥਾਰ ਬੱਟੇ ਸੀਤ ਸੀਤਲੀਆਂ ਬਾਸ ਮੇਰੀਆਂ ਸਾਡੇ ਪੁਰਖੀ ਦੀ ਯਾਦਗਾਰ ਬੱਟੇ ਕਿਛ ਨਿੱਕੇ ਕਿਛ ਵੱਡੇ ਕਿਛ ਕਰੇਕੇ ਢਾਲਦਾਰ ਬੱਟੇ ਕੁਦੇ ਸ਼ਿਲਪੀਏ ਦੇ ਹੱਥ ਜਦੋਂ ਜਾਣ ਲੱਗੀ ਤਾਂ ਬਣੀ ਇੱਕ ਸ਼ਿਲਪਕਾਰ ਬੱਟੇ ਸਾਥੀਓ ਬੜੀ ਮੁਸੀਬਤਾਂ ਪੈਦਾ ਔਖੇ ਮੌਕੇ ਦਾ ਵੀ ਇਹ ਹਥਿਆਰ ਗਿਆ ਬੱਟੇ ਇਹ ਦੁਨੀਆਂ ਲੱਚ ਪਲੱਚੇ ਦੀ ਇਹ ਦੁਨੀਆਂ ਮਾਰੂ ਠੱਗੇ ਦੀ ਇਹ ਦੁਨੀਆਂ ਲੱਚ ਪਲੱਚੇ ਦੀ ਇਹ ਦੁਨੀਆਂ ਮਾਰੂ ਠੱਗੇ ਦੀ ਇਹ ਵਧੀਏ ਦੇ ਸ਼ੋਕਾਰੇ ਦੀ ਜਾਂ ਮਾਤਰ ਠੂਠਾ ਦਾਰੇ ਦੀ ਇਸ ਦੁਨੀਆਂ ਦਾ ਜਰਾ ਭਰੋਸਾ ਨਹੀਂ ਇਸ ਵਿਸਾਖ ਉੱਥੇ ਬੜੀ ਮਾਸਾ ਨਹੀਂ ਅਸ ਦੂਸਰੀ ਦਾ ਹੋਰ ਬਥੇਰੇ ਇਹਦਾ ਖਾਲੀ ਕੋਈ ਵੀ ਪਾਸਾ ਨਹੀਂ ਬਹੁਤ ਬਹੁਤ ਧੰਨਵਾਦ ਵੀ ਕਵੀ ਬਾਈ ਤਾੜੀ ਜ਼ੋਰਦਾਰ ਲਾ ਦਿਓ ਜਿਨ੍ਹਾਂ ਜਿਨ੍ਹਾਂ ਨੂੰ ਸਮਝ ਆਈਆਂ ਨੇ ਗੱਲਾਂ ਬਹੁਤ ਸੁੰਦਰ ਵਾਲੀਆਂ ਗੱਲਾਂ ਜਿਹੜੀਆਂ ਸਾਡੇ ਲੋਚਨ ਕੋਲ ਸਾਹਿਬ ਜੀ ਨੇ ਦੱਸੀਆਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਕਈ ਸਾਡੇ ਬਈ ਅੱਜ ਦੀ ਜਿਹੜੀ ਵੱਡੀ ਗੱਡੀ ਹੋਣੀ ਹੈ ਬਿਨੀਆ ਜੰਮੂ ਤੇ ਸੰਦੀਪ ਮਾਨ ਖੰਨਾ ਆ ਜਾਓ ਦੋਨੇ ਮਾਲ ਤਿਆਰੀ ਕਰਕੇ ਬਈ ਥਾੜੇ ਦੇ ਵਿੱਚ ਆ ਜਾਓ ਬੇਨਤੀ ਹੈ ਮੱਲਾਂ ਨੂੰ ਬਾਕੀ ਗੱਲ ਹੁੰਦੀ ਹੈ ਵੀ ਨਸ਼ੇ ਪੱਤੇ ਦੀ ਜਿਹੜਾ ਮੇਨ ਮਕਸਦ ਹੁੰਦਾ ਹੈ ਨਸ਼ੇ ਤੋਂ ਬਚੋ ਕਿਉਂਕਿ ਹਰ ਬੰਦਾ ਕਹਿੰਦਾ ਵੀ ਨਸ਼ੇ ਤੋਂ ਬਚੋ ਕਿਉਂਕਿ ਨਸ਼ੇ ਤੋਂ ਅੱਜ ਸਾਡਾ ਦੇਸ਼ ਸਾਡੇ ਬੱਚੇ ਹਰ ਗਲੀ ਦੇ ਵਿੱਚ ਹਰ ਦੁਕਾਨ ਦੇ ਉੱਤੇ ਜਿਹੜਾ ਨਸ਼ਾ ਆਮ ਮਿਲਦਾ ਹੈ ਉਧਰ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਹੈ ਬਾਕੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਪਾਟਾ ਸਮਝਦੀਆਂ ਨੇ ਕਪਿਲ ਨੀਲੇ ਲੰਗੋੜ ਦੇ ਵਿੱਚ ਹੈ ਨਦੀਮ ਲਾਲ ਲੰਗੋੜ ਦੇ ਵਿੱਚ ਹੈ ਬਈ ਸਮਾਂ ਬਹੁਤ ਹੋ ਗਿਆ ਬੇਨਤੀ ਹੈ ਪਹਿਲਵਾਨਾਂ ਨੂੰ ਬਈ ਬਿਨੀਆ ਪਹਿਲਵਾਨ ਜੰਮੂ ਭਲਵਾਨ ਜੀ ਆ ਜਾਓ ਵਿੱਚ ਆ ਜਾਓ ਬੇਨਤੀ ਹੈ ਇੱਧਰ ਕਮੇਟੀ ਕਹਿੰਦੀ ਹੈ ਆਸ਼ੀਰਵਾਦ ਦੇਣਾ ਮੱਲਾਂ ਨੂੰ ਸੰਦੀਪ ਮਾਨ ਖੰਨਾ ਬਈ ਜਲਦੀ ਆ ਜਾਓ ਦੋਨੇ ਮੱਲਾਂ ਨੂੰ ਬੇਨਤੀ ਹੈ ਇੱਕ ਮਿੰਟ ਦਾ ਸਮਾਂ ਲੰਗੋਟੇ ਪਾ ਲਓ ਕਿਉਂਕਿ ਸਾਡੇ ਮੁੱਖ ਮਹਿਮਾਨ ਚੀਫ ਗੈਸਟ ਜਿਨ੍ਹਾਂ ਵੱਲੋਂ ਇਹਨਾਂ ਮੱਲਾਂ ਨੂੰ ਜਿਹੜਾ ਆਸ਼ੀਰਵਾਦ ਦਿੱਤਾ ਜਾਣਾ ਹੈ ਸਾਡੀ ਪੂਰੀ ਦੰਗਲ ਕਮੇਟੀ ਵੱਲੋਂ ਬੇਨਤੀ ਹੈ ਮੱਲਾਂ ਨੂੰ ਆ ਜਾਓ ਲੰਗੋਟੇ ਪਾ ਕੇ ਮਾਰੋ ਹਿੰਮਤ ਅੱਜ ਵੀ ਜਿਹੜੀ ਸਾਡੀ ਵੱਡੀ ਜਿਹੜੀ ਹੈ ਫਾਈਨਲ ਮੁਕਾਬਲਾ ਔਰ ਬਈ ਅੱਜ ਦੀ ਜਿਹੜੀ ਦੋ ਨੰਬਰ ਦੀ ਝੰਡੀ ਜਿਹੜੀ ਖਾੜ ਦੇ ਵਿੱਚ ਚੱਲਦੀ ਹੈ ਇਸ ਕੁਸ਼ਤੀ ਦਾ ਜਿਹੜਾ ਅਮਾਊਂਟ ਹੈ ਇਨਾਮ ਹੈ
51,000 ਦੀ ਗੋਸ਼ਤੀ ਹੈ। ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਸਾਰੇ ਦਰਸ਼ਕ। ਬਾਕੀ ਵਾਕਈ ਚੱਲਦੀ ਹੈ ਕੁਸ਼ਤੀ। ਹੈਲੋ ਹੈਲੋ ਹਾਂ ਟੋਲੀ ਟੋਲੀ ਵਾਕਈ 51,000 ਦੀ ਜਿਹੜੀ ਝੰਡੀ ਹੈ ਬਹੁਤ ਹੁੰਦਾ 51,000 ਹੈ। ਔਰ ਇਹ ਜਿਹੜੇ ਨਾਮ ਹੈ ਇਹ ਸਾਡੀ ਕਮੇਟੀ ਵੱਲੋਂ ਸਾਡੇ ਜਿੰਨੇ ਵੀ ਸਹਿਯੋਗੀ ਸੱਜਣ ਪੁੱਜੇ ਜਿਨ੍ਹਾਂ ਨੇ ਵੱਡੇ ਮਾਣ ਸਨਮਾਨ ਕੀਤੇ ਹੈ ਤਾਂ ਜਿਹੜੇ ਇੰਨੇ ਵੱਡੇ ਮਾਲਾ ਜਿਸ ਧਰਤੀ ਤੇ ਪੁੱਜੇ ਹੈ ਔਰ ਇੰਨੇ ਵੱਡੇ ਜਿਹੜੇ ਨਾਮ ਮਿਲਦੇ ਹੈ ਨਦੀਮ ਤੇ ਕਪਿਲ। ਬੜੀ ਵਧੀਆ ਕੁਸ਼ਤੀ ਹੈ ਔਰ ਵੱਡਾ ਇਨਾਮ ਇਸ ਕੁਸ਼ਤੀ ਦਾ। ਅੱਜ ਦੇ ਦਿਨ ਵਿੱਚ ਜੇ ਆਪਾਂ ਗੱਲਾਂ ਕਰੀਏ ਤਾਂ ਵਾਕਈ ਟਰੈਕਟਰ ਬੁਲਟ ਕਾਰਾਂ ਤੇ ਜਿਹੜੀਆਂ ਕੁਸ਼ਤੀਆਂ ਹੁੰਦੀਆਂ ਨੇ ਔਰ ਬਿਨੀਆ ਪਹਿਲਵਾਨ ਜੰਮੂ ਕਈ ਕਹਿ ਲਓ ਬੁਲਟ ਮੋਟਰਸਾਈਕਲਾਂ ਦਾ ਵਾਕਈ ਇਨਾਮ ਰਾਸ਼ੀਆਂ ਕੋਈ ਕਹਿ ਲਓ ਜਿਹਨਾਂ ਦਾ ਹਿਸਾਬ ਨਹੀਂ ਬੀਡੀਏ ਪਹਿਲਵਾਨ ਨੇ ਜਿਹੜੇ ਪ੍ਰਾਪਤ ਕੀਤੇ ਹੈ ਔਰ ਬਹੁਤ ਵੱਡੀਆਂ ਇਹਨਾਂ ਦੀਆਂ ਪ੍ਰਾਪਤੀਆਂ ਨੇ ਇਹਨਾਂ ਪਹਿਲਵਾਨਾਂ ਦੀਆਂ। ਕਈ ਖਿਤਾਬ ਜਿਹੜੇ ਇਹਨਾਂ ਨੌਜਵਾਨਾਂ ਦੇ ਜਿਹੜੇ ਇਹਨਾਂ ਨੇ ਜਿੱਤੇ ਹੈ ਸੰਦੀਪ ਮਾਨ ਖੰਨਾ ਵਾਕਈ ਇੰਟਰਨੈਸ਼ਨਲ ਲੈਵਲ ਦਾ ਮਾਲ ਹੈ। ਕਈ ਮੈਡਲ ਇਸ ਨੌਜਵਾਨ ਨੇ ਜਿਹੜੇ ਸਾਡੇ ਇੰਡੀਆ ਦੀ ਝੋਲੀ ਦੇ ਵਿੱਚ ਪਾਏ ਹੈ ਔਰ ਇਹ ਮੈਡਲਾਂ ਵੀ ਬਹੁਤ ਵਧੀਆ ਮਾਲ ਹੈ। ਵਾਕਈ ਹੁਣ ਮਿੱਟੀ ਦੇ ਵੀ ਵਧੀਆ ਜਿਹੜਾ ਲੜਦਾ ਹੈ ਸੰਦੀਪ ਮਾਨ ਖੰਨਾ ਪੰਜਾਬ ਦੀ ਧਰਤੀ ਦਾ ਨੌਜਵਾਨ ਹੈ। ਦੋਨੇ ਮਾਲ ਆ ਜਾਓ ਸਾਡੇ ਇਹ ਜਿੰਨੇ ਵੀ ਗ੍ਰਾਮ ਪਿੰਡਾਂ ਦਾ ਵੱਡਾ ਸਹਿਯੋਗ ਹੋਇਆ ਮਲਾੜ ਬਟਲ ਵਾਲੀਆਂ ਰੱਖ ਬਟਾਲੀ ਤੇ ਨੈਣਸੂ ਇਹਨਾਂ ਦੇ ਸਹਿਯੋਗ ਕਰਕੇ ਇਹ ਜਿਹੜਾ ਛਿੰਝ ਮੇਲਾ ਹੋਇਆ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਤਨੀ ਸੱਜਣਾਂ ਦਾ ਜਿਨ੍ਹਾਂ ਨੇ ਵੱਡੇ ਸਹਿਯੋਗ ਇਸ ਮੇਲੇ ਲਈ ਦਿੱਤੇ ਹੈ। ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ। ਬਾਕੀ ਜਿਹੜੇ ਇਹਨਾਂ ਛਿੰਝਾਂ ਮੇਲਿਆਂ ਲਈ ਵੱਡੇ ਸਹਿਯੋਗ ਕਰਦੇ ਨੇ ਉਧਰ ਵੇਖੋ ਸ਼ਿਵ ਜੀ ਦੀ ਮੂਰਤੀ ਲੱਗੀ ਹੈ ਸਾਹਮਣੇ। ਬਾਕੀ ਉਹਨਾਂ ਦੀ ਕਿਰਪਾ ਹੈ ਜਿਨ੍ਹਾਂ ਨੇ ਇੱਕ ਇੱਕ ਰੁਪਈਆ ਦਿੱਤਾ ਰੱਬ ਨੇ ਦੁਗਣੇ ਮੂੰਹ ਮੋੜਨਾ ਹੈ। ਵਿੱਚ ਆ ਜਾਓ ਹੀਰਾ ਵਿੱਚ ਆ ਜਾਓ ਨਦੀਮ ਇਸੇ ਪੋਜੀਸ਼ਨ ਦੇ ਵਿੱਚ ਆ ਜਾਓ। ਔਰ ਨਦੀਮ ਨੇ ਵੀ ਬਈ ਲੈ ਬਹੁਤ ਪਿੱਛੇ ਕਹਿ ਲਓ ਪਹਾੜੀ ਏਰੀਏ ਦੇ ਵਿੱਚ ਇਸ ਨੌਜਵਾਨ ਦਾ ਜਿਹੜਾ ਘਰ ਹੈ ਔਰ ਇਸ ਨੌਜਵਾਨ ਨੇ ਵੀ ਬਹੁਤ ਵੱਡੀ ਅੱਜ ਦੇ ਦਿਨ ਦੀ ਜੇ ਆਪਾਂ ਗੱਲ ਕਰੀਏ ਤਾਂ ਦੋ ਨੰਬਰ ਦਾ ਮਾਲਾ ਨਦੀਮ। ਇੱਕ ਤਾੜੀ ਲਾ ਦਿਓ ਨਦੀਮ ਲਈ ਜ਼ੋਰਦਾਰ। ਔਰ ਸੀਨੀਅਰ ਨੈਸ਼ਨਲ ਦੇ ਵਿੱਚੋਂ ਇਸ ਨੌਜਵਾਨ ਨੇ ਵੀ ਬ੍ਰੋਂਜ਼ ਮੈਡਲ ਪ੍ਰਾਪਤ ਕੀਤਾ ਕਈ ਸਾਲਾਂ ਬਾਅਦ ਜਿਹੜਾ ਸਾਡੇ JNK ਨੂੰ ਮੈਡਲ ਜਿਹੜੇ ਮਿਲੇ ਹੈ ਮਨੀਰ ਪਹਿਲਵਾਨ ਪੰਜ ਗ੍ਰਾਈ ਨੇ ਜਿਹੜਾ ਮੈਡਲ ਦਿੱਤਾ ਬੀਨੀਆ ਪਹਿਲਵਾਨ ਜੰਮੂ ਜਿਹੜਾ ਕਿ ਹੁਣ ਜਿਹੜੇ ਇੰਡੀਅਨ ਪੁਲਿਸ ਗੇਮਸ ਹੋਏ ਹੈ ਹਰਿਆਣਾ ਦੇ ਵਿੱਚ ਉਹਦੇ ਵਿੱਚ ਬ੍ਰੋਂਜ਼ ਮੈਡਲ ਪ੍ਰਾਪਤ ਕੀਤਾ। ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ JNK ਲਈ ਬਹੁਤ ਵੱਡੀਆਂ ਪ੍ਰਾਪਤੀਆਂ ਇਹਨਾਂ ਮੱਲਾਂ ਦੀਆਂ ਜਿਹੜੇ ਅੱਜ ਇਸ ਮੈਦਾਨ ਦੇ ਵਿੱਚ ਲੜਦੇ ਹੈ ਔਰ ਵਧੀਆ ਮੱਲ ਹੈ। ਵਾਕਈ ਜੋ ਸਾਡੇ JNK ਦੇ ਲਈ ਬਿਨੀਏ ਨੇ ਕੀਤਾ ਹੈ ਜਿੰਨਾ ਸਮਾਂ ਬਿਨੀਏ ਨੂੰ ਹੋ ਗਿਆ ਬਈ ਇੰਨੇ ਸਮੇਂ ਤਾਂ ਕਈ ਮੱਲ ਮੱਲੀ ਵੀ ਨਹੀਂ ਕਰਦੇ।
ਵਾਕਈ ਇੱਕ ਨੰਬਰ ਦੀ ਜੋੜ ਦੇ ਵਿੱਚ ਅੱਜ ਵੀ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਮੱਲ ਨੇ ਅੱਜ ਵੀ ਵਾਕਿਆ ਵੱਡੇ ਮੱਲਾਂ ਨਾਲ ਕੁਸ਼ਤੀਆਂ ਲੜਦਾ। ਇਹ ਬਿਨੀਆ ਹੈ ਜੰਮੂ ਵਾਲਾ, ਬੜੀ ਮਾਣ ਵਾਲੀ ਗੱਲ ਹੈ ਸਾਡੇ ਜੇ ਐਂਡ ਕੇ ਲਈ। ਤੇ ਸੰਦੀਪ ਪਹਿਲਵਾਨ ਖੰਨਾ ਆ ਵੀ ਸਾਡੇ ਹਿੰਦੁਸਤਾਨ ਦਾ ਵੱਡਾ ਮੱਲ ਹੈ। ਵਾਕਈ ਦੋਨੇ ਮੱਲ ਝੋਟੀ ਦੇ ਹੈ, ਪਰ ਬਾਤਾਂ ਸਮਝਦੀਆਂ ਹੋਣਗੀਆਂ। ਸੰਦੀਪ ਆ ਜਾਓ ਪਹਿਲਵਾਨ ਜੀ, ਆ ਜਾਓ ਸਟੇਜ ਦੇ ਸਾਹਮਣੇ, ਬੇਨਤੀ ਹੈ ਆ ਜਾਓ, ਮਾਰੋ ਹਿੰਮਤ ਦੋਨੇ ਮੱਲ ਆ ਜਾਓ ਸਟੇਜ ਦੇ ਸਾਹਮਣੇ। ਉਧਰ ਨਦੀਪ ਪਹਿਲਵਾਨ ਮੈਦਾਨ ਦੇ ਵਿੱਚ ਉੱਪਰਲੇ ਪਾਸੇ ਹੈ। ਟੋਲੀ ਟੋਲੀ ਬਾਈ ਟੋਲੀ ਧਿਆਨ ਦਿਓ, ਜਿਹੜੇ ਇਸ ਅਖਾੜੇ ਦੇ ਇਸ ਛਿੰਝ ਮੇਲੇ ਦੇ ਵੱਡੇ ਸੇਵਾਦਾਰ ਨੇ, ਟੋਲੀ ਟੋਲੀ ਜਿਹੜਾ ਅੱਜ ਦਾ ਇਹ ਛਿੰਝ ਮੇਲਾ ਹੈ, ਸ਼ਿਵ ਮੰਦਿਰ ਸਮਿਤੀ ਨੈਣਸੂ ਇਹਨਾਂ ਸਜਣਾ ਕਰਕੇ ਜਿਹੜਾ ਇਹ ਛਿੰਝ ਮੇਲਾ ਜਿਹੜਾ ਅੱਜ ਸਿਰੇ ਲੱਗਿਆ ਏ, ਸਾਡੇ ਸਵਰਨ ਸਿੰਘ ਰਾਠੌੜ ਜੀ ਇਹਨਾਂ ਨੂੰ ਆ ਕੇ ਸਨਮਾਨਿਤ ਕਰਨਾ। ਆ ਜਾਓ ਬੇਨਤੀ ਹੈ, ਦੋ ਕਦਮ ਚੱਲ ਕੇ ਸਾਡੇ ਅੱਜ ਦੇ ਮੁੱਖ ਮਹਿਮਾਨ ਚੀਫ ਗੈਸਟ ਇਹਨਾਂ ਨੂੰ ਸਨਮਾਨਿਤ ਕਰਨਗੇ ਸਾਡੇ ਰੋਮੀ ਜੀ, ਪੂਰਨ ਚੰਦ ਜੀ, ਵਿੱਕੀ ਜੀ, ਸੰਜੂ ਜੀ ਉਹਨਾਂ ਦੇ ਨਾਲ ਹੀ।